ਲਵਪ੍ਰੀਤ ਸਿੰਘ, ਸਟੇਸ਼ਨ ਫਾਇਰ ਆਫਿਸਰ ਅੰਮ੍ਰਿਤਸਰ। ਇਸ ਤਰ੍ਹਾਂ ਸਵੇਰੇ ਸਾਨੂੰ ਤਕਰੀਬਨ 5:41 'ਤੇ ਪਤਾ ਲੱਗਾ ਵੀ ਆਪਣਾ ਜਿਹੜੀ ਪੁਰਾਣੀ ਸਬਜ਼ੀ ਮੰਡੀ, ਉੱਥੇ ਕੁਝ ਦੁਕਾਨਾਂ ਨੂੰ ਅੱਗ ਲੱਗੀ ਆ। ਉਸ ਟਾਈਮ 'ਤੇ ਨਾਲ ਹੀ ਇਕੱਠੀ ਕੈਨਮ ਸਿਨਮੇ ਦੇ ਸਾਹਮਣੇ ਜਿਹੜੀ ਹੈ ਇੱਕ ਦੁਕਾਨ, ਉਹਨਾਂ ਨੂੰ ਵੀ ਅੱਗ ਲੱਗੀ ਸੀ ਅਤੇ ਦੋਵਾਂ ਦੇ ਉੱਤੇ ਗੱਡੀਆਂ ਭੇਜੀਆਂ ਗਈਆਂ ਇਹੋ ਜਿਹੇ। ਅਤੇ ਜਦੋਂ ਇੱਥੇ ਦੇਖਿਆ ਗਿਆ ਤਾਂ ਖੋਖਿਆਂ ਨੂੰ ਕਾਫੀ ਵੱਡੀ ਸ਼ਾਰਟ ਸਰਕਟ ਨਾ ਇਹਨਾਂ ਦੇ, ਜਿਹੜਾ ਇੱਥੇ ਬੰਦਾ ਇਹਨਾਂ ਦਾ ਚੌਂਕੀਦਾਰ, ਉਹਦੇ ਦੱਸਣ ਮੁਤਾਬਕ ਵੀ ਇੱਕ ਸ਼ੋਪ ਨੂੰ ਆਪਣਾ ਸ਼ਾਰਟ ਸਰਕਟ ਦੇ ਨਾਲ, ਬਿਜਲੀ ਦੇ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਆ। ਅਤੇ ਇਮੀਡੀਏਟ ਫਾਇਰ ਬ੍ਰਿਗੇਡ ਨੇ ਆਪਣੀਆਂ ਬਾਕੀ ਗੱਡੀਆਂ ਵੀ ਲਿਆ ਕੇ, ਅਤੇ ਤੁਸੀਂ ਦੇਖ ਹੀ ਰਹੇ ਹੋ ਜਿੱਦਾਂ ਵੀ ਜਿਨ੍ਹਾਂ ਦੁਕਾਨਾਂ ਨੂੰ ਅੱਗ ਲੱਗੀ ਸੀ ਉਹਨਾਂ ਵਿੱਚ ਹੀ ਫਾਇਰ ਰਹੀ ਆ, ਅਤੇ ਬਾਕੀ ਦਾ ਜਿਹੜਾ ਆ ਉਹਨੂੰ ਸੇਵ ਕਰ ਲਿਆ ਗਿਆ ਇਲਾਕਾ ਜਿਹੜਾ ਬਾਕੀ ਦਾ, ਕਿਉਂਕਿ ਜਿੱਡੀ ਮੇਜਰ ਫਾਇਰ ਸੀ ਇਹ ਸਾਰੇ ਇਲਾਕੇ ਦੇ ਵਿੱਚ ਫੈਲ ਸਕਦੀ ਸੀ ਬਹੁਤ ਵੱਡੇ ਪੱਧਰ ਦੇ। ਅਤੇ ਕੁਛ ਹੀ ਸਮੇਂ ਦੇ ਵਿੱਚ ਫਾਇਰ ਬ੍ਰਿਗੇਡ ਨੇ ਆਪਣੀਆਂ ਗੱਡੀਆਂ ਲਗਾ ਕੇ ਸਾਰੀ ਸੇਫਟੀ ਕਰ ਲਈ ਆ। ਬਾਕੀ ਦੀਆਂ ਸ਼ੋਪਸ ਅਤੇ ਬਾਕੀ ਦਾ ਤੁਸੀਂ ਦੇਖ ਲਓ ਵੀ ਸਾਰਾ ਕੁਛ ਉਹਨਾਂ ਦਾ ਜਿਹੜਾ ਏਰੀਆ, ਜਿਹੜਾ ਆਪੋਜ਼ਿਟ ਜਿਹੜਾ ਏਰੀਆ ਸਾਰਾ ਬਚਾ ਲਿਆ ਗਿਆ। ਸਰ ਕਿੰਨੀਆਂ ਕੁ ਦੁਕਾਨਾਂ ਹੋਈਆਂ ਟੋਟਲ ਦੱਸਣ ਦੇ ਮੁਤਾਬਕ? ਤਾਂ ਜਿਹੜੀਆਂ ਬਰਨਟ ਸ਼ੋਪਸ ਨੇ, ਜਿਹੜੀਆਂ ਇਹਨਾਂ ਦੀਆਂ ਕੰਸਟਰਕਟਿਡ ਸ਼ੋਪਸ ਨੇ, ਉਹ ਤਾਂ 8-9 ਨੇ। ਬਾਕੀ ਇਹਨਾਂ ਨੇ ਵਿੱਚ ਡਿਸਟ੍ਰੀਬਿਊਸ਼ਨ ਕਰਕੇ ਪਾਰਟੀਸ਼ਨ ਕੀਤਾ ਸੀ, ਉਹਦੇ ਮੁਤਾਬਕ ਦੱਸਣ ਦੇ ਮੁਤਾਬਕ 20 ਤੋਂ ਜ਼ਿਆਦਾ ਜਿਹੜੇ ਇਹਨਾਂ ਦੇ ਹੈਗੇ ਆ ਸਟਾਲਸ ਵਗੈਰਾ ਅਤੇ ਨਾਲ ਸ਼ੋਪਸ। ਸਰ ਕਿੰਨਾ ਕੁ ਨੁਕਸਾਨ ਹੋ ਗਿਆ? ਇਹਦੇ ਬਾਅਦ 'ਚ ਐਸਟੀਮੇਟ ਲੱਗੇਗਾ ਜੀ, ਇਹਨਾਂ ਇਹਦੇ ਬਾਰੇ ਬਾਅਦ 'ਚ ਪਤਾ ਲੱਗੇਗਾ। ਅਜੇ ਤਾਂ ਸਟਿਲ ਓਪਰੇਸ਼ਨ ਚੱਲ ਰਿਹਾ, ਫਾਇਰਸ ਹੋਈਆਂ ਨੇ। ਦੇਖੋ ਜੀ, ਨੁਕਸਾਨ ਕਾਰਨ ਦਾ ਤਾਂ ਕੁਛ ਨਹੀਂ ਪਤਾ ਕਿਸ ਕਾਰਨ ਲੱਗੀ ਆ। ਬਾਕੀ 43 ਖੋਖੇ ਉਹਨਾਂ ਨੇ ਕਿਹਾ ਹੈਗੇ ਸੀ ਜਿਹੜੇ ਬਿਲਕੁਲ ਹੀ ਸਵਾਹ ਹੋ ਗਏ। ਕਿੰਨੀਆਂ ਕੁ ਦੁਕਾਨਾਂ ਹੋਈਆਂ? ਦੇਖੋ 17-18 ਦੁਕਾਨਾਂ ਵਾ ਜਿਨ੍ਹਾਂ ਨੂੰ ਹਾਫ ਕਰ ਕਰਕੇ ਇਹਨਾਂ ਨੇ ਵਿੱਚ ਦੁਕਾਨਾਂ ਪਾਈਆਂ ਹੋਈਆਂ, ਖੋਖੇ ਪਾਏ। ਨੁਕਸਾਨ ਕਿੰਨਾ ਕੁ ਹੋਇਆ? ਨੁਕਸਾਨ ਕੁਛ ਨਹੀਂ ਕਹਿ ਸਕਦੀ, ਬਾਕੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਇਹ ਨਾ ਇੱਥੇ ਹਾਲ ਗੇਟ ਦੇ ਬਾਹਰ ਫਰੂਟ ਮਾਰਕੀਟ ਹੈ ਭੰਡਾਰੀ ਪੁੱਲ ਤੋਂ ਥੱਲੇ ਲੈਫਟ ਸਾਈਡ 'ਤੇ, ਅਤੇ ਹਾਲੇ ਤੱਕ ਜੋ ਪਤਾ ਲੱਗਾ ਵੀ ਸ਼ੋਰਟ ਸਰਕਟ ਨਾਲ ਸ਼ਾਇਦ ਅੱਗ ਲੱਗੀ ਆ। ਬਾਕੀ ਕਾਰਨਾਂ ਦਾ ਬਾਅਦ 'ਚ ਪਤਾ ਲੱਗੇਗਾ, ਪਹਿਲਾਂ ਪ੍ਰਾਇਓਰਟੀ ਹੈ ਕਿ ਅੱਗ 'ਤੇ ਕਾਬੂ ਪਾਇਆ ਜਾਵੇ। ਫਾਇਰ ਬ੍ਰਿਗੇਡ ਆ ਚੁੱਕੀ ਆ ਅਤੇ ਕੰਟਰੋਲ ਅੰਡਰ ਕੰਟਰੋਲ ਹੈ। ਕਿੰਨੀਆਂ ਕੁ ਦੁਕਾਨਾਂ? ਇਹ ਹਾਲੇ ਤੱਕ 29 ਦੁਕਾਨਾਂ ਦੱਸੀਆਂ ਜੀ ਉਹਨਾਂ ਨੇ।